ਖਬਰ ਹੈ ਬਰੇਟਾ ਤੋਂ। ਜਿਸ ਤਰ੍ਹਾਂ ਕਿ ਆਪਾਂ ਜਾਣਦੇ ਹੀ ਹਾਂ ਕਿ ਵੋਟਾਂ ਦੇ ਰਿਜ਼ਲਟ ਆ ਚੁੱਕੇ ਨੇ, ਇਸ ਤਰ੍ਹਾਂ ਦਾ ਹੀ ਇੱਕ ਰਿਜ਼ਲਟ ਬਰੇਟਾ ਤੋਂ ਆਇਆ ਹੈ, ਜਿੱਥੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਣ ਵਾਲਾ ਅਮਨਦੀਪ ਜੋ ਕਿ ਇਸ ਵਾਰ ਬਰੇਟਾ ਤੋਂ ਵੋਟਾਂ ਵਿੱਚ ਖੜਾ ਹੋਇਆ ਸੀ ਅਤੇ ਉਸਨੇ ਇੱਕ ਤਨਾਟ ਠੇਕੇਦਾਰ ਨੂੰ ਸੈਂਕੜੇ ਵੋਟਾਂ ਦੇ ਫਰਕ ਤੇ ਹਰਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਸਨੇ ਦੱਸਿਆ ਹੈ ਕਿ ਸਿਆਸਤ 'ਚ ਉਹਦੀ ਕੋਈ ਜ਼ਿਆਦਾ ਦਿਲਚਸਪੀ ਨਹੀਂ ਹੈ, ਲੇਕਿਨ ਲੋਕਾਂ ਦੇ ਕਹਿਣ 'ਤੇ ਉਸਨੇ ਇਹ ਵੋਟਾਂ ਲੜੀਆਂ। ਉੱਧਰ ਲੋਕਾਂ ਦਾ ਵੀ ਇਹੀ ਕਹਿਣਾ ਹੈ ਕਿ ਅਮਨਦੀਪ ਬਹੁਤ ਸਾਫ਼ ਦਿਲ ਔਰ ਲੋਕਾਂ ਨਾਲ ਖੜਾ ਹੋਣ ਵਾਲਾ ਬੰਦਾ ਹੈ, ਇਸੇ ਲਈ ਲੋਕਾਂ ਨੇ ਵੱਧ ਤੋਂ ਵੱਧ ਵੋਟਾਂ ਪਾ ਕੇ ਉਸਨੂੰ ਜਿਤਾਇਆ ਹੈ। ਦੇਖਦੇ ਹਾਂ ਇਹ ਰਿਪੋਰਟ। ਅਤੇ ਜਿਹੜੀ ਇਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ, ਕੀ ਕਰਨ ਜੀ ਦੇ ਇਹਨਾਂ ਦੇ ਜਿੱਤ ਪ੍ਰਾਪਤ ਕਰਨ ਦਾ? ਆਹ ਤੁਸੀਂ ਤੁਹਾਡੇ ਸਾਹਮਣੇ ਖੜ੍ਹੇ ਸ਼ਰੀਫ, ਇਮਾਨਦਾਰ, ਬੇਦਾਗ, ਲੋਕਾਂ ਦੇ ਹਰ ਵੇਲੇ ਕੰਮ ਆਉਣ ਵਾਲਾ ਮੁੰਡਾ ਹੈ। ਹਰ ਕੋਈ ਅੱਧੀ ਰਾਤ ਬੁਲਾਵੇ, ਪਹਿਲਾਂ ਵੀ ਐੱਮ ਸੀ ਅਤੇ ਹੁਣ ਤਾਂ ਐੱਮ ਸੀ ਬਣ ਗਿਆ, ਪਹਿਲਾਂ ਵੀ ਜਦੋਂ ਇਸ ਨੂੰ ਅੱਧੀ ਰਾਤ ਵੀ ਬੁਲਾਇਆ ਤਾਂ ਵੀ ਇਹ ਲੋਕਾਂ ਦੀ ਸੇਵਾ 'ਚ ਹਾਜ਼ਰ। ਉਸ ਗੱਲ ਨੂੰ, ਉਹ ਸੇਵਾ ਨੂੰ ਮੁੱਖ ਰੱਖਦੇ ਹੋਏ ਲੋਕਾਂ ਨੇ ਇਸ ਨੂੰ ਮਦਦ ਕੀਤੀ ਹੈ, ਇਸ ਨੂੰ ਐੱਮ ਸੀ ਬਣਾਇਆ ਤਾਂ ਕਿ ਸਾਡੇ ਦੁੱਖ 'ਚ ਸੁੱਖ 'ਚ ਕੰਮ ਆ ਸਕੇ। ਇਹ ਤੁਹਾਡੇ ਦੁੱਖ 'ਚ ਕਹਿੰਦੇ ਕੋਈ ਵਾਰਡ ਵਾਲਿਆਂ ਦੇ ਵੀ ਵਾਰਡ ਸਾਡਾ ਨਹੀਂ, ਇਹ ਸਾਡਾ ਬੱਚਾ ਹੈ, ਇਹ ਵਾਰਡ ਵਾਲਿਆਂ ਨੂੰ ਅਤੀ ਪਿਆਰਾ ਹੈ। ਜੇ ਦੇਖੋ ਇੰਨਾ ਅਤੀ ਪਿਆਰਾ, ਇੰਨੇ ਟਫ ਇੱਕ ਬੰਦਾ ਜਿਹੜਾ ਪਿੱਛੇ ਐੱਮ ਸੀ ਰਿਹਾ ਹੋਵੇ, ਸ਼ਰਾਬ ਦਾ ਠੇਕੇਦਾਰ ਰਿਹਾ ਹੋਵੇ, ਅੱਛਾ ਧੌਂਸ ਰੱਖਦਾ ਹੋਵੇ, ਅੱਛਾ ਇਸੇ ਗੱਲ ਕਰਕੇ ਕਿੱਥੇ ਉਹਦੀ ਧੌਂਸ, ਕਿੱਥੇ ਸਾਡਾ ਨਵਾਂ ਮੁੰਡਾ ਇਹ ਲੋਕਾਂ ਨਾਲ ਹਮਦਰਦੀ ਰੱਖਣ ਵਾਲਾ। ਅੱਛਾ ਮੌਜੂਦਾ ਪਿੱਛੇ ਉਹ ਐਕਟਿੰਗ ਪ੍ਰਧਾਨ ਵੀ ਰਿਹਾ ਬਿੱਕਾ, ਅਤੇ ਉਸ ਦੀ ਮੁਕਾਬਲਾ ਲੋਕਾਂ ਨੇ ਕੰਪੇਅਰ ਕਰਕੇ ਇਸ ਨੂੰ ਚੁਣਿਆ ਹੈ ਕਿ ਸਿਰਫ ਇਹੀ ਕਿ ਸਾਡੀਆਂ ਉਮੀਦਾਂ 'ਤੇ ਖਰਾ ਉਤਰੇਗਾ, ਪੂਰਾ ਉਤਰੇਗਾ। ਮੈਂ ਆਪਣੇ ਇਹ ਮੋਢਿਆਂ 'ਤੇ ਗੋਢਿਆਂ ਤੋਂ ਬਹੁਤ ਦੁਖੀ ਸੀ। ਮੇਰੇ ਲਈ ਤਾਂ ਤੁਰਨਾ ਫਿਰਨਾ ਵੀ ਇੰਨਾ ਔਖਾ ਹੋਇਆ ਸੀ, ਮੈਂ ਦੱਸ ਵੀ ਨਹੀਂ ਸਕਦਾ। ਪਰ ਜਦ ਤੋਂ ਮੈਨੂੰ ਫੀ ਰਿਲੀਫ ਮਿਲਿਆ, 2.5-3 ਮਹੀਨੇ ਇਸਤੇਮਾਲ ਕਰਨ ਤੋਂ ਬਾਅਦ ਗੋਡੇ ਵੀ ਓਕੇ, ਮੋਢੇ ਵੀ ਓਕੇ। ਜੇ ਤੁਸੀਂ ਵੀ ਕਿਸੇ ਇਸ ਤਰ੍ਹਾਂ ਦੀ ਬਿਮਾਰੀ ਤੋਂ ਪਰੇਸ਼ਾਨ ਹੋ ਤਾਂ ਬੇਝਿਜਕ ਹੋ ਕੇ ਇਸ ਨੂੰ ਇਸਤੇਮਾਲ ਕਰੋ। ਸਿਰਫ 2.5-3 ਮਹੀਨੇ, ਇਹ 125 ਬਿਮਾਰੀਆਂ ਤੱਕ ਦਾ ਇਲਾਜ ਕਰ ਸਕਦਾ ਹੈ। ਫੀ ਰਿਲੀਫ ਹਮੇਸ਼ਾ ਯਾਦ ਰੱਖੋ। ਬਸ ਕੁਛ ਦਿਨਾਂ ਤੋਂ ਮੈਨੂੰ ਵਾਲਾਂ ਦੀ ਬੜੀ ਸਮੱਸਿਆ ਸੀ, ਮੇਰੇ ਵਾਲ ਝੜਨੇ ਸ਼ੁਰੂ ਹੋ ਗਏ ਸੀ। ਮੈਨੂੰ ਮੇਰੇ ਦੋਸਤ ਨੇ ਓਇਲ ਫੀ ਰਿਲੀਫ ਵਾਲੇ ਦੱਸਿਆ। ਮੈਂ ਇਹ ਤੇਲ 3 ਮਹੀਨੇ ਲਾਉਣਾ ਆਪਣੇ ਸਿਰ 'ਤੇ ਅਪਲਾਈ ਕੀਤਾ, ਇਹ ਬਿਲਕੁਲ ਆਯੁਰਵੈਦਿਕ ਤੇਲ ਹੈ, ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈ, ਅਤੇ ਮੇਰੇ ਵਾਲ ਜਿਹੜੇ ਗੰਜਪਣ ਪੈਣਾ ਸ਼ੁਰੂ ਹੋ ਗਿਆ ਸੀ ਉਹ ਦੁਬਾਰਾ ਆਉਣ ਲੱਗ ਗਏ, ਅਤੇ ਮੈਨੂੰ ਤਾਂ ਬੜਾ ਫਾਇਦਾ ਦਿੱਤਾ ਇਸ ਨੇ। ਜੇ ਤੁਹਾਨੂੰ ਵੀ ਕਿਸੇ ਇਸ ਤਰ੍ਹਾਂ ਦੀ ਪ੍ਰੋਬਲਮ ਦਾ ਤੁਸੀਂ ਸਾਹਮਣਾ ਕਰ ਰਹੇ ਹੋ ਤਾਂ ਇਹ ਤੇਲ ਲਾਉਣਾ ਨਾ ਭੁੱਲੋ। ਕਿਤਨਾ ਕਿਤੇ ਅਸੀਂ ਆਪਣੇ ਵਾਲਾਂ ਕਰਕੇ ਸ਼ਰਮ ਫੀਲ ਕਰਦੇ ਹਾਂ, ਕਿਤੇ ਸੋਸਾਇਟੀ 'ਚ ਬੈਠੇ ਕਿ ਕੋਈ ਮਜ਼ਾਕ ਨਾ ਕਰ ਰਿਹਾ ਹੈ, ਪਰ ਥੈਂਕਸ ਟੂ ਫ੍ਰੀ ਲੀਫ ਜਿਹਨੇ ਮੇਰਾ ਇਹ ਕੋਨਫੀਡੈਂਸ ਬਿਲਡ ਕੀਤਾ, ਜਿਹਦੇ ਲਗਾਉਣ ਨਾਲ ਮੈਂ ਮਾਰਕੀਟ 'ਚ ਹੁਣ ਬੜਾ ਹੀ ਕੋਨਫੀਡੈਂਟ ਹਾਂ, ਔਰ ਇਹਦੇ ਨਾਲ ਮੈਨੂੰ ਬੜਾ ਫਾਇਦਾ ਹੋਇਆ। ਅਤੇ ਮੈਨੂੰ ਸਰਵਾਈਕਲ ਦੀ ਵੀ ਦਿੱਕਤ ਸੀ ਅਤੇ ਉਹਦੇ ਨਾਲ ਵੀ ਮੈਨੂੰ ਬੜਾ ਰਿਲੀਫ ਮਿਲਿਆ। ਇਹ ਯੂਜ਼ ਕਰੋ ਅਤੇ ਮੈਂ ਪ੍ਰੈਕਟੀਕਲ ਯੂਜ਼ ਕਰ ਰਿਹਾ।